ਕੀ ਹਾਲ ਚਾਲ ਹੈ, ਕਿਵੇਂ ਤੁਸੀਂ? ਅਮੀ ਮੈਂ ਤੁਹਾਨੂੰ ਇੱਕ ਗੱਲ ਦੱਸ ਰਹੀ ਸੀਗੀ ਕਿ ਅਮੀ ਦੇਖੋ ਨਾ, ਤੁਸੀਂ ਕਮਰੇ ਦੇ ਵਿੱਚ ਤਾਂ ਕੋਈ ਵੀ ਨਹੀਂ ਹੈਗਾ। ਅਮੀ ਮੈਂ ਨਾ ਇੰਨੀਆਂ ਰੋਟੀਆਂ ਨਹੀਂ ਪਕਾ ਸਕਦੀ। ਅਮੀ ਵੇਖੋ ਨਾ, ਇਹਨਾਂ ਦੇ ਪੁੱਪ ਦਾ ਘਰ ਇੰਨਾ ਮਸਲਾ ਵਾ। ਉਹ ਹੁਣ ਉਹ ਰਾਫੀ ਵੀ ਆ ਗਿਆ ਵਾ, ਪਹਿਲੇ ਉਹ ਇਤਨਾ ਸ਼ਾਫੀ ਮੈਨੂੰ ਤੰਗ ਕਰਦਾ ਸੀ, ਪੁੱਪੂ ਮੈਨੂੰ ਤੰਗ ਕਰਦੇ ਸੀਗੇ। ਹੁਣ ਉਹ ਰਾਫੀ ਮੈਨੂੰ ਕੰਮ ਚੋਰ ਕਹਿੰਦਾ, ਇਹ ਕੋਈ ਗੱਲ ਹੈਗੀ ਹੈ? ਉੱਤੋਂ ਮੈਂ ਚੋਰੀ ਚੁੱਪੇ ਤੁਹਾਨੂੰ ਕਾਲ ਕਰ ਰਹੀ ਹਾਂ, ਤੁਸੀਂ ਨਾ ਮੇਰੇ ਨਾ ਸੁਸਟਾਲ ਫੋਨ ਕਰੋ ਕਿ ਮੈਂ ਜੀ ਇੰਨੀਆਂ ਰੋਟੀਆਂ ਨਹੀਂ ਪਕਾ ਸਕਦੀ, ਮੇਰੀ ਸਾਈ ਬਿਊਟੀ ਇਹ ਜਿਹੜੀ ਲੋਕ ਮੈਨੂੰ ਵੇਖਦੇ ਸੀ ਕਹਿੰਦੇ ਸੀ ਈਸ਼ਵਰੀਆ ਰਾਇਸ, ਇਹ ਕਿਹੋ ਜਿਹੇ ਗੰਦੇ ਜਿਹੇ ਬਾਲ ਹੋ ਗਏ, ਅਤੇ ਮੈਂ ਕਿਹੋ ਜਿਹੀ ਮੇਰੀ ਸਕਿਨ ਹੋ ਗਈ। ਪੁੱਪੋ ਵੀ ਕੁਛ ਨਹੀਂ ਕਰਦੀ, ਸਾਰਾ ਦਿਨ ਮੰਜੀ ਤੋੜਦੇ ਰਹਿੰਦੀ ਹੈ, ਅਤੇ ਹੁਣ ਉੱਤੇ ਰਾਫੇ ਵੀ ਆ ਗਏ। ਅਤੇ ਸ਼ਾਫੇ ਅਤੇ ਰਾਫੇ ਨੇ ਮੇਰਾ ਜਿੰਨਾ ਹਰਾਮ ਕਰ ਛੱਡਿਆ। ਕਦੀ ਮੈਨੂੰ ਤਾਂ ਵੀ ਲੱਗਦਾ ਹੈ ਸ਼ਾਫੇ ਨੇ ਕਿਸੇ ਦੇ ਨਾਲ ਨਾ ਸ਼ਾਫੇ ਦਾ ਚੱਕਰ ਚੱਲ ਰਿਹਾ। ਨਹੀਂ, ਕਮਰੇ ਦੇ ਵਿੱਚ ਤਾਂ ਮੈਂ ਇਕੱਲੀ ਹਾਂ। ਨਹੀਂ, ਮੈਂ ਕੋਈ ਸ਼ਾਫੇ ਸੇ ਡਰਤੀ ਹੂੰ, ਡਰਤੀ ਹੈ ਮੇਰੀ ਚੂਤੀ। ਰੁਕੋ ਜਰਾ, ਸਬਰ ਕਰੋ, ਬੋਲਾ ਧੱਕਾ ਮੁੱਕੀ ਨਹੀਂ ਕਰ। ਮਾਮੀ ਦੇ ਨਾਲ ਗੱਲ ਕਰ ਰਹੀ ਹੈ ਕਿ ਸਾਡੀ ਤੂੰ ਰੋਟੀ ਨਹੀਂ ਪਕਾ ਸਕਦੀ, ਅਸੀਂ ਇੰਨੀ ਇੰਨਾ ਖਾਂਦੇ ਹਾਂ, ਅਤੇ ਤੇਰੇ ਜਿਹੜੇ ਉੱਤੇ ਅਸੀਂ ਲੱਖ ਰੁਪਏ ਲਾਉਂਦੇ ਹਾਂ, ਮੈਂ ਲਾਉਂਦਾ ਵਾਂ, ਉਹ ਤੈਨੂੰ ਨਜ਼ਰ ਨਹੀਂ ਆ ਰਿਹਾ, ਉਹ ਤੇਰੇ ਮਾਪਿਆਂ ਨੂੰ ਨਜ਼ਰ ਨਹੀਂ ਆ ਰਿਹਾ। ਨੋ ਗੋਡ ਪਲੀਜ਼ ਨੋ ਨੋ ਨੋ। ਹਾਂ, ਤੁਮਨੇ ਮੇਰੀ ਬਾਤ ਸੁਣ ਲਈ ਹੈ, ਤੂੰ ਹਾਂ ਸੁਣ ਲਈ ਹੈ ਫਿਰ। ਹਾਂ, ਮੈਨੇ ਆਪਣੀ ਅੰਮੀ ਸੇ ਤੁਮਾਰੀ ਚੁਗਲੀਆਂ ਤੋਂ ਨਹੀਂ ਕਰੀ ਥੀ, ਮੈਂ ਜੋ ਬਤੇ ਹੋਤੀ ਹੈ ਮੈਨੇ ਵਹੀ ਮੈਂ ਕਰੀ ਥੀ ਨਾ, ਕਿ ਦੇਖੋ ਤੁਮਨੇ ਸੁਬਹ ਸੇ ਮੁਝੇ ਕਿਤਨੀ ਸਾਰੀ ਰੋਟੀਆਂ ਪਕਾਉਣੀ ਪੜਤੀ ਹੈ, ਸੁਬਹ ਕੋ ਰੋਟੀਆਂ, ਦੁਪਹਿਰ ਕੋ ਰੋਟੀਆਂ, ਰੋਟੀਆਂ ਪੱਕਾ ਪਕਾ ਕੇ ਮੇਰੀ ਹਾਲ ਥੱਕ ਗਈ। ਹੋ ਭਾਈ, ਮਾਰੋ ਮੁਝੇ, ਮਾਰੋ ਮਾਰੋ ਮੁਝੇ, ਮਾਰੋ ਮਾਰੋ, ਨਹੀਂ ਇਹ ਮਜ਼ਾਕ ਹੋ ਰਿਹਾ। ਹਾਂ ਤਾਂ ਫਿਰ ਤੈਨੂੰ ਕੋਈ ਜ਼ੇਬ ਦਿੰਦਾ ਵਾ? ਨਹੀਂ, ਮੈਂ ਰਖਵਾ ਕੇ ਦਿੰਦਾ ਤੈਨੂੰ। ਹਾਂ, ਮੈਂ ਕਰ ਲਵਾਂਗਾ ਦੂਜਾ ਵਿਆਹ, ਮੈਂ ਇਸ ਤਰ੍ਹਾਂ ਦਾ ਨਹੀਂ ਹੋਏਗਾ। ਅਗਰ ਅਸੀਂ ਬਾਹਰ ਖਾਣਾ ਖਾਣਾ ਵਾ ਤਾਂ ਘਰ ਦੇ ਵਿੱਚ ਸ਼ਾਦੀ ਕਰਨ ਦਾ ਕੀ ਫਾਇਦਾ, ਜਦੋਂ ਕਰਦੀ ਹੈ ਬੁੜੀ ਨਹੀਂ ਸਾਨੂੰ ਪਕਾ ਕੇ ਦੇਣਗੇ, ਤਾਂ ਮੈਂ ਤੈਨੂੰ ਜਿੰਨਾ ਨਿਗਲੈਕਟ ਕਰ ਰਹੇ, ਇਗਨੋਰ ਕਰ ਰਹੇ ਹਨ, ਉਤਨੇ ਤੂੰ ਵੱਧਦੀ ਜਾ ਰਹੀ ਹੈ। ਹੈਂ, ਤੁਹਾਡਾ ਭਾਈ ਉੱਪਰ ਸੇ ਆ ਕੇ ਤੁਹਾਡੇ ਘਰ ਕੇ ਮੈਂਬਰ ਬਣਦੇ ਰਹਿ ਰਹੇ, ਮੁਝੇ ਨਹੀਂ ਤੁਮਸੇ ਕੋਈ ਬਾਤ ਕਰਨੀ, ਤੁਮ ਮੁਝੇ ਨੁਕਰਾਨੇ ਰੱਖ ਕੇ ਦੋਗੇ। ਹਾਂ, ਔਰ ਮੁਝੇ ਪਾਰਲਰ ਜਾਣਾ ਹੈ, ਮੁਝੇ ਆਪਣੀ ਕਟਿੰਗ ਸ਼ਟਿੰਗ ਕਰਵਾਉਣੀ ਹੈ, ਸਭ ਕੁਛ ਕਰਵਾਉਣਾ ਹੈ। ਤੂੰ ਕਿਆ ਬੋਲ ਰਹੀ ਹੈ? ਇਹ ਗੱਲ ਨਹੀਂ ਚੱਲੂਗੀ ਪਾਤੋ, ਮੈਂ ਸ਼ਾਫੇ ਸਨ ਆਫ ਸ਼ਾਹ ਇਹ ਨਹੀਂ ਬਰਦਾਸ਼ਤ ਕਰੇਗਾ, ਇਹ ਮੇਰੀ ਈਗੋ ਹਰਟ ਹੋਵੇਗੀ ਕਿ ਇੱਕ ਬੁੱਢੀ ਮੇਰੇ ਸਿਰ ਦੇ ਉੱਤੇ ਨੱਚ ਰਹੀ ਹੈ। ਨੋ, ਮੈਂ ਤੈਨੂੰ ਜਿਵੇਂ ਆਪਣੇ ਸਿਰ ਤੈਨੂੰ ਚਾਹ ਵੀ ਸਕਦਾ ਤਾਂ ਸਰੋਂ ਲਾਹ ਵੀ ਸਕਦਾ ਵਾਂ। ਇਹ ਮੇਰੀ ਗੱਲ ਸੁਣ, ਮੈਂ ਇੱਕ ਦੀ ਬਜਾਏ ਮੈਂ ਦੋ ਸ਼ਾਦੀਆਂ ਕਰ ਲਵਾਂਗਾ। ਮੈਂ ਐਸੇ ਮੈਂ ਬੜਾ ਸਖਤ ਲੜਨਾ ਹੂੰ।